ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਪਹੁੰਚਣਗੇ ਗੁਰੂ ਨਗਰੀ ਅੰਮ੍ਰਿਤਸਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਜਨਮ ਸ਼ਤਾਬਦੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੋ ਰਹੇ ਸੂਬਾ ਪੱਧਰੀ ਪ੍ਰੋਗਰਾਮ 'ਚ ਹੋਣਗੇ ਸ਼ਾਮਲ ਪੁਡੂਚੇਰੀ ਦੀ ਰਾਜਪਾਲ ਕਿਰਨ ਬੇਦੀ ਵੀ ਕਰਨਗੇ ਸ਼ਿਰਕਤ ਪਟਨਾ ਵਿੱਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਤੇ ਇੰਟਰਨੈਸ਼ਨਲ ਸਿੱਖ ਕਨਕਲੇਵ ਦਾ ਅੱਜ ਦੂਜਾ ਦਿਨ ਦੁਨੀਆ ਭਰ ਤੋਂ 200 ਤੋਂ ਜ਼ਿਆਦਾ ਸਿੱਖ ਸ਼ਖਸੀਅਤਾਂ ਲੈ ਰਹੀਆਂ ਨੇ ਹਿੱਸਾ ਕਨਕਲੇਵ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਕਰ ਰਹੇ ਨੇ ਸ਼ਿਰਕਤ ਆਵਾਜ਼ ਏ ਪੰਜਾਬ ਨੂੰ ਸਿਆਸੀ ਪਾਰਟੀ ਨਾ ਬਣਾਉਣ ਦੇ ਐਲਾਨ ਤੇ ਨਵਜੋਤ ਸਿੰਘ ਸਿੱਧੂ ਨੂੰ ਵਿਰੋਧੀ ਪਾਰਟੀਆਂ ਨੇ ਲਿਆ ਨਿਸ਼ਾਨੇ ਤੇ ਕੈਪਟਨ ਬੋਲੇ ਕਨਫਿਊਜ਼ ਨੇ ਸਿੱਧੂ ਤਾਂ ਸੁਖਬੀਰ ਬਾਦਲ ਬੋਲੇ ਛੇਤੀ ਹੀ ਹਕੀਕਤ ਬਾਰੇ ਜਾਣ ਗਏ ਨੇ ਸਿੱਧੂ ਪਠਾਨਕੋਟ ਦੇ ਸਾਬਕਾ ਐਸ ਪੀ ਸਲਵਿੰਦਰ ਸਿੰਘ ਤੇ ਮਹਿਲਾ ਦੇ ਨਾਲ ਸਰੀਰਕ ਸ਼ੋਸ਼ਣ ਅਤੇ ਰਿਸ਼ਵਤ ਲੈਣ ਦੇ ਇਲਜ਼ਾਮਾਂ ਦਾ ਮਾਮਲਾ ਜ਼ਮਾਨਤ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਅੱਜ 14 ਸਾਲ ਦੀ ਟੈਨਿਸ ਖਿਡਾਰਨ ਰੁਚੀਕਾ ਗਿਰਹੋਤਰਾ ਦੇ ਸ਼ੋਸ਼ਣ ਅਤੇ ਖੁਦਕੁਸ਼ੀ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਸੁਣਾ ਸਕਦੀ ਹੈ ਫੈਸਲਾ ਹਰਿਆਣਾ ਦੇ ਸਾਬਕਾ ਡੀ ਜੀ ਪੀ ਐਸ ਪੀ ਐਸ ਰਾਠੌਰ ਤੇ ਹੈ ਇਲਜ਼ਾਮ 23 ਸਤੰਬਰ ਯਾਨੀ ਅੱਜ ਦੇ ਦਿਨ ਨੂੰ ਹਰਿਆਣਾ ਵੀਰ ਦਿਵਸ ਦੇ ਤੌਰ ਤੇ ਮਨਾਏਗੀ ਸੂਬਾ ਸਰਕਾਰ ਜਨ ਸਭਾਵਾਂ ਵਿੱਚ ਸ਼ਹੀਦਾਂ ਨੂੰ ਦਿੱਤੀ ਜਾਏਗੀ ਸ਼ਰਧਾਂਜਲੀ ਹਰ ਜ਼ਿਲ੍ਹੇ ਵਿੱਚ ਕਰਾਏ ਜਾਣਗੇ ਪ੍ਰੋਗਰਾਮ ਪੂਰੀ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਚੀਨ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ ਕਸ਼ਮੀਰ ਮੁੱਦੇ ਤੇ ਖਾਰਜ ਕੀਤੀ ਸਮਰਥਨ ਦੀ ਗੱਲ ਨਿਊਯਾਰਕ ਵਿੱਚ ਪਾਕ ਪੀ ਐਮ ਨਵਾਜ਼ ਸ਼ਰੀਫ ਅਤੇ ਚੀਨ ਦੇ ਪੀ ਐਮ ਦੇ ਕੇ ਕਿਆਂਗ ਦੀ ਮੁਲਾਕਾਤ ਤੋਂ ਬਾਅਦ ਪਾਕਿਸਤਾਨੀ ਮੀਡੀਆ ਕਰ ਰਹੀ ਸੀ ਚੀਨ ਦੇ ਸਮਰਥਨ ਦਾ ਦਾਅਵਾ ਚੀਨ ਦਾ ਬਿਆਨ ਦੋਵੇਂ ਦੇਸ਼ਾਂ ਨੂੰ ਗੱਲਬਾਤ ਨਾਲ ਸੁਲਝਾਉਣਾ ਚਾਹੀਦਾ ਮੁੱਦਾ ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਮੈਚ ਦਾ ਦੂਜਾ ਦਿਨ ਪਹਿਲੇ ਦਿਨ ਕਾਨਪੁਰ ਟੈਸਟ ਵਿੱਚ ਚੰਗੀ ਸ਼ੁਰੂਆਤ ਤੋਂ ਬਾਅਦ ਲੜਖੜਾਈ ਟੀਮ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ਨੂੰ ਬੰਨਿਆ ਪਹਿਲੇ ਦਿਨ 9 ਵਿਕਟ ਤੇ 291 ਦੌੜਾਂ